The following is a presentation of Hockey Night in Canada in association with the National Hockey League. Hello, Canada and hockey fans, the United States and Newfoundland. Montreal Canadiens are the hockey champions of the world. The Los Angeles Kings have won the Stanley Cup. ਜਿੱਤਣਾ ਜ਼ਰੂਰੀ ਹੋ ਚੁੱਕਾ ਵੈਨਕੂਵਰ ਕਨਕਸ ਵਾਸਤੇ ਅੱਜ ਪੰਜਵਾਂ ਮੁਕਾਬਲਾ ਕੈਲਗਰੀ ਫਲੇਮਸ ਦੇ ਵਿਰੁੱਧ ਰੋਜਰਸ ਅਰੀਨਾ ਤੋਂ ਸਿੱਧਾ ਪ੍ਰਸਾਰਣ ਕੈਲਗਰੀ ਫਲੇਮਸ ਤਾਂ ਚਾਹੁੰਦੇ ਨੇ ਵੀ ਅੱਜ ਖਤਮ ਹੋ ਜਾਵੇ ਕਹਾਣੀ ਇਸ ਪਹਿਲੇ ਰਾਊਂਡ ਦੀ ਸਟੈਨਲੀ ਕੱਪ ਪਲੇਆਫਸ ਤੁਸੀਂ ਦੇਖ ਰਹੇ ਹੋ ਪੰਜਾਬੀ ਦੇ ਵਿੱਚ ਹਾਕੀ ਨਾਈਟ ਇਨ ਕੈਨੇਡਾ ਤੁਸੀਂ ਦੇਖ ਰਹੇ ਹੋ ਪੰਜਾਬੀ ਦੇ ਵਿੱਚ ਜੋ ਕਿ ਸ਼ੈਵਰਲੇ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਅਤੇ ਤੁਸੀਂ ਦੇਖ ਰਹੇ ਹੋ ਓਮਨੀ ਟੀਵੀ 'ਤੇ ਮੈਂ ਹਾਂ ਤੁਹਾਡਾ ਹੋਸਟ ਹਰ ਨਾਰਾਇਣ ਸਿੰਘ ਰਣਦੀਪ ਜੰਡਾ ਭੁਪਿੰਦਰ ਸਿੰਘ ਹੁੰਦਲ ਵੀ ਅੱਜ ਨਾਲ ਸਾਥ ਦੇ ਰਹੇ ਹਨ ਸੋ ਸਭ ਤੋਂ ਪਹਿਲਾਂ ਗੱਲਬਾਤ ਇਹ ਹੈ ਕਰੋ ਜਾਂ ਮਰੋ ਵੈਨਕੂਵਰ ਕਨਕਸ ਵਾਸਤੇ ਜਿੱਤਣ ਤੋਂ ਬਿਨਾਂ ਹੋਰ ਕੋਈ ਚਾਰਾ ਰਿਹਾ ਨਹੀਂ ਰਣਦੀਪ ਜੀ ਬਿਲਕੁਲ ਜੀ ਤਿੰਨ ਗੇਮਾਂ ਹਾਰ ਚੁੱਕੇ ਆ ਜੇ ਇੱਕ ਹੋਰ ਹਾਰ ਗਏ ਗੋਲਫਿੰਗ ਸੀਜ਼ਨ ਸ਼ੁਰੂ ਪਰ ਇਹ ਇੱਕ ਗੇਮ ਜਿੱਤ ਚੁੱਕੇ ਆ ਹੁਣ ਅੱਗੇ ਵਨ ਬਾਏ ਵਨ ਗੇਮ ਦੇਖਣੀ ਪੈਣੀ ਆ ਸੋ ਜੇ ਅੱਜ ਜਿੱਤ ਗਏ ਫਿਰ ਅੱਗੇ ਛੇਵੀਂ ਗੇਮ ਦੇ ਸੋਚੋਗੇ ਪਰ ਹੁਣੇ ਹੀ ਨਾ ਛੇਵੀਂ ਗੇਮ ਬਾਰੇ ਸੋਚੋ ਅੱਜ ਦੀ ਗੇਮ ਕਦੋਂ ਜਮਾਂ ਦੋ ਸਥਿਤੀ ਜਿੱਦਾਂ ਤੁਸੀਂ ਕਿਹਾ ਦੂਜੇ ਪਾਸੇ ਅਸੀਂ ਕੈਲਗਰੀ ਦੇਖਦੇ ਹਾਂ ਉਹਨਾਂ ਲਈ ਹੈ ਨਹੀਂ ਕਦੋਂ ਜਮਾਂ ਦੋ ਸਥਿਤੀ ਪਰ ਉਹ ਵੀ ਸੋਚਦੇ ਹੋਣੇ ਅਸੀਂ ਛੇਤੀ ਤੋਂ ਛੇਤੀ ਇਹ ਕੰਮ ਮੁਕਾਈਏ ਕਨਕਸ ਨੂੰ ਟਾਟਾ ਕਹੋ ਤਾਂ ਅੱਗੇ ਜਿਹੜੀ ਟੀਮ ਐਨਾਹਾਈਮ ਉਹਦੇ ਨਾਲ ਤਿਆਰੀਆਂ ਕਰੋ ਸੋ ਇਹ ਵੀ ਦੋਨਾਂ ਟੀਮਾਂ ਲਈ ਜ਼ਰੂਰੀ ਹੈ ਜਿੱਤ ਪਰ ਕਨਕਸ ਲਈ ਤਾਂ ਸਾਰਿਆਂ ਨੂੰ ਪਤਾ ਇੰਨੀ ਜ਼ਿਆਦਾ ਜ਼ਰੂਰੀ ਹੈ ਜੀ ਉਹ ਕੈਲਗਰੀ ਵਾਲੇ ਸੋਚਦੇ ਵੀ ਜੇ ਕਨਕਸ ਜਿੱਤ ਗਏ ਉਹਨਾਂ ਦਾ ਹੌਸਲਾ ਵੱਧ ਜਾਣਾ ਸੋ ਭੁਪਿੰਦਰ ਜੀ ਜੇ ਆਪਾਂ ਗੱਲ ਕਰੀਏ ਇਸ ਸੀਰੀਜ਼ ਦੇ ਵਿੱਚ ਇਹ ਜ਼ਰੂਰ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਪਹਿਲੇ 10 ਮਿੰਟਾਂ ਦੇ ਵਿੱਚ ਉਹ ਬਹੁਤ ਮਹੱਤਵਪੂਰਨ ਸਮਾਂ ਰਿਹਾ ਹੈ ਇਸ ਸੀਰੀਜ਼ ਦੇ ਵਿੱਚ ਗੇਮ ਕਾਬੂ ਕਰ ਲੈਂਦੇ ਆ ਕੀ ਵਿਚਾਰ ਬਿਲਕੁਲ ਜੀ ਦੂਜਾ ਤੀਜਾ ਅਤੇ ਚੌਥਾ ਮੁਕਾਬਲਾ ਦੇਖਣ ਨੂੰ ਕੀ ਮਿਲਿਆ ਪਹਿਲੇ 10 ਮਿੰਟਾਂ ਦੇ ਵਿੱਚ ਬੜਾ ਉਤਸ਼ਾਹ ਹੈਗਾ ਆ ਹੋਮ ਟੀਮ ਦੇ ਲਈ ਤਾਂ ਇਸੇ ਕਾਰਨ ਉਹ ਅੱਗੇ ਜਾ ਕੇ ਬੜੇ ਆਸਾਨੀ ਦੇ ਨਾਲ ਮੈਚ ਜਿੱਤ ਰਹੇ ਹੈਗੇ ਆ ਆ ਜਿਹੜੇ ਪਿਛਲੇ 2 ਮੈਚ ਦਾ ਕੈਲਗਰੀ ਦੇ ਵਿੱਚ ਹੋਇਆ ਇੱਥੇ ਤਾਂ ਸਾਬਤ ਕਰਤਾ ਕੈਲਗਰੀ ਨੇ ਵੀ ਫਲੇਮਸ ਅਤੇ ਉਹਨਾਂ ਦੇ ਫੈਨਸ ਬਹੁਤ ਹੱਲਾਸ਼ੇਰੀ ਦੇ ਰਹੇ ਆ ਆਪਣੀ ਟੀਮ ਨੂੰ ਤਾਂ ਉਸੇ ਕਾਰਨ ਬੜੇ ਸੌਖੇ ਤਰੀਕੇ ਨਾਲ ਜਿੱਤ ਗਏ ਪਤਾ ਨਹੀਂ ਲੱਗਦਾ ਸੀ ਵੀ ਕਨਕਸ ਵਾਲੇ ਨੂੰ ਕੀ ਕਰਨਾ ਪਰ ਇੱਥੇ ਹੁਣ ਰੋਜਰਸ ਅਰੀਨਾ ਦੇ ਵਿੱਚ ਮੁਕਾਬਲਾ ਹੋ ਰਿਹਾ ਤਾਂ ਫੈਨਸ ਨੂੰ ਹੱਲਾਸ਼ੇਰੀ ਦੇਣੀ ਬੜੀ ਜ਼ਰੂਰੀ ਆ ਕਨਕਸ ਨੂੰ ਕਿਉਂਕਿ ਦੂਜੇ ਮੁਕਾਬਲੇ ਦੇ ਵਿੱਚ ਦੇਖ ਲਓ ਕਨਕਸ ਦਬਾ ਦਮ ਉਹਨਾਂ ਨੇ ਇੱਕ ਗੋਲ ਕਰ ਲਿਆ ਫਿਰ ਉਸ ਤੋਂ ਬਾਅਦ ਪਾਵਰ ਪਲੇਅ ਗੋਲ ਵੀ ਕਰ ਲਿਆ ਕ੍ਰਿਸ ਹੇਗਨਸ ਨੇ ਸੋ ਦਬਾ ਦਬ ਉਹਨਾਂ ਨੇ 2 ਗੋਲਸ ਕਰਕੇ ਫੈਨਸ ਉਹਨਾਂ ਦੇ ਮਗਰ ਲੱਗ ਗਏ ਪਰ ਮੈਨੂੰ ਇਹ ਲੱਗਦਾ ਆ ਵੀ ਫੈਨਸ ਜਿੱਦਾਂ ਕਨਕਸ ਵਾਲਿਆਂ ਨੇ ਦੇਖਿਆ ਹੈਗਾ ਆ ਕਾਫੀ ਨਰਵਸ ਹੈਗੇ ਆ ਆਹ ਵੀ ਚਿੰਤਾ ਹੈਗੀ ਆ ਤਾਂ ਭਰੋਸਾ ਨਹੀਂ ਰੱਖ ਰਹੇ ਤਾਂ ਆਹ ਤੁਹਾਨੂੰ ਦੱਸਦੇ ਕਿਉਂ ਪਿਛਲੇ 15 ਪਲੇਅਆਫ ਮੈਚਅਪਸ ਦੇ ਵਿੱਚ ਕਨਕਸ ਨੇ ਸਿਰਫ 2 ਮੈਚ ਜਿੱਤੇ ਹੈਗੇ ਆ ਤਾਂ ਗੋਲਸ ਵੀ ਬਹੁਤ ਘੱਟ ਕਰ ਰਹੇ ਆ ਪਾਵਰ ਪਲੇਅ ਦਾ ਪ੍ਰਦਰਸ਼ਨ ਵੀ ਬਹੁਤ ਢਿੱਲਾ ਆ ਫੇਸ ਆਫ ਵੱਲੋਂ ਵੀ ਉਹਨਾਂ ਦਾ ਅੰਕੜੇ ਬਹੁਤ ਮਾੜੇ ਹਨ ਸੋ ਜਿਹੜੇ ਫੈਨਸ ਆ ਉਹ ਰੌਲਾ ਰੱਪਾ ਪਾਉਣਾ ਬੜਾ ਜ਼ਰੂਰੀ ਆ ਹੱਲਾਸ਼ੇਰੀ ਦੇਣੀ ਆਪਣੀ ਟੀਮ ਨੂੰ ਬੜਾ ਜ਼ਰੂਰੀ ਆ ਇਸ ਮੁਕਾਬਲੇ ਦੇ ਵਿੱਚ ਪਰ ਲੱਗਦਾ ਆ ਵੀ ਉਹ ਸ਼ਾਇਦ ਨਾ ਦੇਖਣ ਨੂੰ ਮਿਲੇਗਾ ਕਿਉਂਕਿ ਬਹੁਤ ਹੀ ਜ਼ਿਆਦਾ ਨਰਵਸ ਆ ਤਾਂ ਇੱਥੇ ਮੇਰੇ ਖਿਆਲ ਫਲੇਮਸ ਦੇ ਫੈਨਸ ਨੇ ਬਹੁਤ ਮਦਦ ਕੀਤੀ ਆਪਣੀ ਟੀਮ ਦੀ ਦੇਖਣ ਵਾਲੀ ਗੱਲ ਹੋਵੇਗੀ ਕਨਕਸ ਦੇ ਫੈਨਸ ਇਸ ਤਰ੍ਹਾਂ ਕਰ ਸਕਦੇ ਆ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਇਹ ਰਿਹਾ ਹੈ ਇਸ ਗੇਮ ਤੋਂ ਪਹਿਲਾਂ ਕਿ ਐਡੀ ਲੈਕ ਨੂੰ ਪਿਛਲੀ ਗੇਮ 'ਚ ਕੱਢ ਦਿੱਤਾ ਕਾਰਨ ਰਾਇਨ ਮਿਲਰ ਆ ਗਿਆ ਸੀ ਅਤੇ ਠੀਕ ਖੇਡਿਆ ਅਤੇ ਰਾਇਨ ਮਿਲਰ ਅੱਜ ਖੇਡ ਰਿਹਾ ਵੈਨਕੂਵਰ ਵਾਸਤੇ ਕਿੰਨਾ ਕੁ ਅਸਰ ਹੋਊਗਾ ਉਹਦਾ ਅੱਜ ਦੀ ਗੇਮ ਦੇ ਵਿੱਚ ਤੁਹਾਡੇ ਹਿਸਾਬ ਦੇ ਨਾਲ ਗੋਲੀ ਤਾਂ ਵਧੀਆ ਆ ਪਰ ਇਹ ਚੇਤਾ ਰੱਖੋ ਇਹਦੀ 60 ਤੋਂ ਮੁੜ ਕੇ ਆਇਆ ਸਿਰਫ 5 ਪੀਰੀਅਡ ਇਹ ਖੇਡਿਆ ਫੈਬਰੀ 22 ਤਰੀਕ ਦਾ ਸੋ ਸਾਰਿਆਂ ਨੂੰ ਪਤਾ ਹੈ ਰੈਗੂਲਰ ਸੀਜ਼ਨ ਗੋਲੀ ਬਹੁਤ ਵਧੀਆ ਪਰ ਇਹਨੇ ਪਲੇਅਆਫ 'ਚ ਇੰਨੇ ਰੰਗ ਨਹੀਂ ਲਾਏ ਪਿਛਲੀ ਗੇਮ ਦੇ ਵਿੱਚ 40 ਮਿੰਟ ਖੇਡਿਆ ਵਧੀਆ ਖੇਡਿਆ ਕੋਈ ਗੋਲ ਨਹੀਂ ਕਰਾਇਆ ਪੰਦਰਾਂ ਦਾ ਸੇਵ ਕੀਤੇ ਪਰ ਹਾਲੇ 100% ਇਹਦਾ ਸਹੀ ਨਹੀਂ ਹੈਗਾ ਕਹਿੰਦਾ ਮੇਰਾ ਹਾਲੇ ਗੋਡਾ ਉਹਦੇ ਤਾਂ ਨਹੀਂ ਠੀਕ ਹੋਇਆ ਸੋ ਇਹ ਦੇਖਣਾ ਪੈਣਾ ਅੱਜ ਕਿੱਦਾਂ ਖੇਡਦਾ 40 ਮਿੰਟ ਖੇਡ ਚੁੱਕਾ ਹੈ ਪਰ ਉਹ ਗੇਮ ਦੀ ਜਿਹੜੀ ਤੁਸੀਂ ਪੂਰੀ ਗੇਮ ਖੇਡਣੀ ਜਾਂ ਸ਼ੁਰੂ ਤੋਂ ਗੇਮ ਖੇਡਣੀ ਉਹ ਤੁਹਾਡੇ 'ਤੇ ਪ੍ਰੈਸ਼ਰ ਹੁੰਦਾ ਗੋਲੀ ਸਟਾਰਟਿੰਗ ਗੋਲੀ 'ਤੇ ਸੋ ਅੱਜ ਦੇਖਦੇ ਹਾਂ ਰਾਇਨ ਮਿਲਰ ਕਿੱਦਾਂ ਖੇਡਦਾ ਇੱਕ ਹੋਰ ਵੀ ਬਦਲਾਵ ਆਇਆ ਕਿ ਕੈਲਗਰੀ ਦਾ ਪੁਰਾਣਾ ਖਿਡਾਰੀ ਜਿਹਦੇ 'ਤੇ ਕਾਫੀ ਆਸਾਂ ਉਮੀਦਾਂ ਸੀ ਸਵੈਨ ਬੇਅਰਡ ਸੀ ਉਹ ਖੇਡੇਗਾ ਕਨਕਸ ਵਾਸਤੇ ਹਾਂਜੀ ਉਹ ਲਾਈਨਅਪ ਦੇ ਵਿੱਚ ਆਵੇਗਾ ਦੂਜੇ ਲਾਈਨ 'ਤੇ ਦੇਖਣ ਵਾਲੀ ਗੱਲ ਹੋਵੇਗੀ ਵੀ ਕੀ ਸਕੋਰਿੰਗ ਉਸ ਲਾਈਨ ਤੋਂ ਆਵੇਗੀ ਕਿਉਂਕਿ ਬਿਨੀਨੋ ਅਤੇ ਵਰਬਾੜਾ ਕਾਫੀ ਢਿੱਲੇ ਖੇਡ ਰਹੇ ਅਤੇ ਬੇਅਰਡ ਸੀ ਬਦਲਾ ਲੈਣਾ ਚਾਹੁੰਦਾ ਆਪਣੀ ਪੁਰਾਣੀ ਟੀਮ ਦੇ ਵਿਰੁੱਧ ਸੋ ਦੇਖਦੇ ਹਾਂ ਕਿ ਸ਼ਾਇਦ ਉਹਦੇ ਕਰਕੇ ਜ਼ਿਆਦਾ ਉਤਸ਼ਾਹਤ ਨਾਲ ਉਹ ਉਤਸ਼ਾਹਤ ਢੰਗ ਦੇ ਨਾਲ ਖੇਡੇਗਾ ਸੋ ਦਰਸ਼ਕੋ ਵੈਨਕੂਵਰ ਕਨਕਸ ਕੈਲਗਰੀ ਫਲੇਮਸ ਪੰਜਵਾਂ ਮੁਕਾਬਲਾ ਕਰੋ ਜਾਂ ਮਰੋ ਸਥਿਤੀ ਕਨਕਸ ਵਾਸਤੇ ਜਿੱਤਣਾ ਜ਼ਰੂਰੀ ਫਲੇਮਸ ਜੇ ਜਿੱਤ ਗਏ ਤਾਂ ਪਾਰ ਕਰ ਜਾਣਗੇ ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ
ਪੰਜਾਬੀ ਵਿੱਚ ਹਾਕੀ ਨਾਈਟ ਇਨ ਕੈਨੇਡਾ ਤੁਹਾਡੇ ਤੱਕ ਪਹੁੰਚਾਈ ਗਈ ਹੈ ਸ਼ੈਵਰਲੇ ਦੇ ਸਹਿਯੋਗ ਦੇ ਨਾਲ। ਸ਼ੈਵਰਲੇ, ਫਾਈਨ ਨਿਊ ਰੋਡਸ।